ਤੇ ਗੁਰੂ ਨੂੰ ਖਾਲਸਾ ਸਾਸਕ ਸੰਗਤ ਜੀ ਅੱਜ ਯੂਨਾਈਟਿਡ ਨੇਸ਼ਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਅੰਦਰ ਜਨਮ ਦਿਨ ਮਨਾਇਆ ਜਾ ਰਿਹਾ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਯੂਨਾਈਟਿਡ ਨੇਸ਼ਨ ਦੇ ਅੰਦਰ ਜਾ ਕੇ ਪਹਿਲੀ ਵਾਰੀ ਆ ਵੀ ਸੈਸ਼ਨ ਦੇ ਵਿੱਚ ਗਏ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਜੰਝਾਰੂ ਵਰਕਰ ਹੈ ਉੱਥੇ ਜਾ ਕੇ ਅਸੀਂ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਜਿਹੜਾ ਕਿ ਭਾਰਤ ਸਰਕਾਰ ਦਾ ਜਿਹੜਾ ਅਖੋਤੀ ਬ੍ਰਾਹਮਣਵਾਦ ਮਨੂਵਾਦ ਜਿਹੜਾ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਬੈਠਾ ਉਹ ਇੱਕ ਟਕਵਾਜ ਕਰ ਰਿਹਾ ਸੀ ਵੀ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ ਪਰ ਜਾਗਦੀ ਜ਼ਮੀਰ ਦੇ ਜਿਹੜੇ ਮਾਲਕ ਨੇ ਗੁਰੂ ਦੇ ਖਾਲਸੇ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਅੰਦਰ ਜਾ ਕੇ ਅੱਜ ਬ੍ਰਾਹਮਣਵਾਦੀਆਂ ਨੂੰ ਮਨੂਵਾਦੀਆਂ ਨੂੰ ਨੰਗਾ ਕੀਤਾ ਅੰਦਰ ਜਾ ਕੇ ਅੱਜ ਜੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਈਸਾਈਆਂ ਦਾ ਕਤਲੇਆਮ ਕੀਤਾ ਗਿਆ ਸ਼ੂਦਰਾਂ ਦਾ ਜਿਨ੍ਹਾਂ ਨੂੰ ਇਹ ਸ਼ੂਦਰ ਕਹਿੰਦੇ ਨੇ ਉਹ ਸਾਡੇ ਭਰਾ ਨੇ ਟਾਚੇਬਲ ਸ਼ੂਦਰ ਨੇ ਇਹ ਜਿਹੜੇ ਦਲਿਤ ਨੇ ਇਹ ਜੋ ਬਾਬਾ ਸਾਹਿਬ ਦੀ ਫਿਲੋਸਫੀ ਦੇ ਚੱਲਦੇ ਨੇ ਜੋ ਉਹਨਾਂ ਨੂੰ 50,000 ਦੇ ਕਰੀਬ ਜੇਲ੍ਹਾਂ 'ਚ ਡੱਕਿਆ ਗਿਆ ਸਾਡੇ ਸਿੱਖਾਂ ਨੂੰ ਇਹਨਾਂ ਨੇ ਪਿਛਲੇ 84 ਤੋਂ ਜੇਲ੍ਹਾਂ 'ਚ ਡੱਕਿਆ ਡਬਲ ਡਬਲ ਕੈਦਾਂ ਕੱਟ ਚੁੱਕੇ ਨੇ ਅਸੀਂ ਅੱਜ ਜਾ ਕੇ ਆਪਣੀ ਸਿੱਖ ਕੌਮ ਦੀ ਜਿਹੜੀ ਆਵਾਜ਼ ਹੈ ਭਾਰਤ ਦੇ ਜਿਹੜੇ ਮੂਲ ਨਿਵਾਸੀ ਲੋਕ ਨੇ ਉਹਨਾਂ ਸਾਰਿਆਂ ਲੋਕਾਂ ਦੀ ਆਵਾਜ਼ ਜਿਹੜੀ ਹੈ ਅੱਜ ਸਿੱਖ ਕੌਮ ਨੇ ਯੂਨਾਈਟਿਡ ਨੇਸ਼ਨ ਦੇ ਅੰਦਰ ਪਹੁੰਚਾ ਦਿੱਤੀ ਹੈ ਅੱਜ ਦਾ ਦਿਨ ਖਾਲਸੇ ਦਾ ਇੱਕ ਖੁਸ਼ੀ ਦਾ ਦਿਨ ਹੈ ਕੱਲ੍ਹ ਅਸੀਂ ਵਿਸਾਖੀ ਮਨਾਉਣੀ ਹੈ ਜਿਹੜਾ ਖਾਲਸੇ ਦਾ ਜਨਮ ਦਿਨ ਜਿਹਦੇ ਲਈ ਖਾਲਸੇ ਦਾ ਜਨਮ ਹੋਇਆ ਸੀ ਵੀ ਖਾਲਸੇ ਨੇ ਹਮੇਸ਼ਾ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਲੜਨਾ ਹੈ ਤੇ ਜਿਹੜੇ ਜ਼ੁਲਮ ਕਰਦੇ ਨੇ ਖਾਲਸੇ ਨੇ ਜਿੱਥੇ ਵੀ ਜ਼ਾਲਮ ਹੈ ਉੱਥੇ ਟੱਕਰ ਲੈਣੀ ਹੈ ਅੱਜ ਖਾਲਸੇ ਨੇ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਅੱਜ ਯੂਨਾਈਟਿਡ ਨੇਸ਼ਨ ਦੇ ਅੰਦਰ ਜਾ ਕੇ ਜਿਹੜੇ ਜ਼ਾਲਮ ਜਿਹੜੇ ਮਨੂਵਾਦੀ ਸੀ ਉਹਨਾਂ ਨੂੰ ਮੂੰਹ ਦੀ ਟੱਕਰ ਦਿੱਤੀ ਹੈ ਅੰਦਰ ਨੰਗਾ ਕਰਤਾ ਸੀ ਅੱਜ ਯੂਨਾਈਟਿਡ ਨੇਸ਼ਨ ਦੇ ਵਿੱਚ ਅੱਜ ਸਿੱਖ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਪੱਤਰਾ ਸਰਦਾਰ ਬੂਟਾ ਸਿੰਘ ਜੀ ਖੜੋਂਦ ਜਿਹੜੇ ਕੋਆਰਡੀਨੇਸ਼ਨ ਕਮੇਟੀ 23 ਮੁਲਕਾਂ ਦੇ ਜਿਹੜੇ ਪ੍ਰਧਾਨ ਨੇ ਨਾਲ ਸਰਜੀਤ ਸਿੰਘ ਜੀ ਖਾਲਸਾ ਜਿਹੜੇ ਅਮਰੀਕਾ ਦੇ ਪ੍ਰਧਾਨ ਨੇ ਸਰਦਾਰ ਜੋਗਾ ਸਿੰਘ ਜੀ ਜਿਹੜੇ ਨਿਊ ਜਰਸੀ ਸਟੇਟ ਦੇ ਪ੍ਰਧਾਨ ਨੇ ਅਮਨਦੀਪ ਸਿੰਘ ਜਿਹੜੇ ਯੂਥ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਨੇ ਇਹ ਸਾਰੇ ਨੌਜਵਾਨ ਹੈ ਸਾਰਾ ਜਿਹੜਾ ਇਹ ਯੋਧਿਆਂ ਦਾ ਜਿਹੜਾ ਕਾਫਲਾ ਇਹਨਾਂ ਨੇ ਅੱਜ ਬ੍ਰਾਹਮਣਵਾਦੀਆਂ ਦਾ ਤਖਤਾ ਪਲਟ ਕੇ ਰੱਖ ਦਿੱਤਾ ਸਵੇਰੇ ਸਾਰੇ ਭਾਰਤ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਜਾਣਗੀਆਂ ਵੀ ਅਸੀਂ ਨੰਗਾ ਕਰ ਦਿੱਤਾ ਮੋਦੀ ਨੂੰ ਅਸੀਂ RSS ਨੂੰ UN ਦੇ ਵਿੱਚ ਅੰਦਰ ਜਾ ਕੇ ਨੰਗਾ ਕੀਤਾ ਤੇ ਇਹ ਸਾਰੀ ਵੀਡੀਓ ਸਾਰੇ ਇੰਡੀਆ 'ਚ ਜਿਹੜੇ ਅੰਬੇਦਕਰੀ ਸਿੱਖ ਮੁਸਲਮਾਨ ਈਸਾਈ ਬੋਧੀ ਜਿੰਨੀਆਂ ਮਨੋਰਟੀਆਂ ਇਹਨੂੰ ਵਾਇਰਲ ਕਰ ਦਿਓ ਲੰਗਾਇਤ ਜਿਹੜੇ ਨੇ ਉਹ ਵੀ ਵਾਇਰਲ ਕਰ ਦਿਓ ਜਿਹੜੇ ਜਿੰਨੇ ਵੀ ਲੋਕ ਜਿਨ੍ਹਾਂ ਤੇ ਬ੍ਰਾਹਮਣਵਾਦੀ ਜ਼ੁਲਮ ਕਰ ਰਹੇ ਨੇ ਇਸ ਵੀਡੀਓ ਨੂੰ ਵਾਇਰਲ ਕਰੋ ਤੁਹਾਡੀ ਗੱਲ ਗੁਰੂ ਦੇ ਖਾਲਸੇ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ UN ਚੋਂ ਪੰਜਾਬੀ ਆ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।